ਅੰਨਦਾਤਾ ਯੂਟਿਊਬ ਚੈਨਲ ਦੇਖ ਰਹੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਕੋਲ ਕੁਝ ਕਿਸਾਨ ਭਰਾਵਾਂ ਦੇ ਕਮੈਂਟ ਆ ਰਹੇ ਸੀਗੇ ਕਿ ਵੀਰ ਜੀ, ਸਾਡੇ ਖੇਤ ਦੇ ਵਿੱਚ ਗੁੱਲੀ ਡੰਡਾ ਬਹੁਤ ਜ਼ਿਆਦਾ ਹੋ ਰਿਹਾ ਅਤੇ ਅਸੀਂ ਸਪਰੇਆਂ ਵੀ ਕਰ ਕਰਕੇ ਅੱਕ ਚੁੱਕੇ ਹਾਂ ਅਤੇ ਹੁਣ ਇਸ ਦਾ ਕੀ ਕੀਤਾ ਜਾਵੇ। ਮੈਂ ਇੱਥੇ ਕਿਸਾਨ ਭਰਾਵਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਗੁੱਲੀ ਡੰਡਾ ਦੋ ਤਿੰਨ ਵਾਰ ਦੀ ਸਪਰੇਆਂ ਕਰਕੇ ਵੀ ਨਹੀਂ ਮਰਿਆ ਅਤੇ ਅੱਗੇ ਜਾ ਕੇ ਵੀ ਨਹੀਂ ਮਰੇਗਾ। ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ, ਜਿਹੜੀ ਤੁਸੀਂ ਸਪਰੇਅ ਕਰੋਗੇ ਉਹ ਗੁੱਲੀ ਡੰਡੇ ਤਾਂ ਨਹੀਂ ਅਸਰ ਕਰਦੀ ਪਰ ਤੁਹਾਡੀ ਕਣਕ 'ਤੇ ਜ਼ਰੂਰ ਮਾੜਾ ਅਸਰ ਪਾਵੇਗੀ ਉਹ। ਸੋ ਕਿਸਾਨ ਵੀਰੋ, ਹੁਣ ਸਪਰੇਅ ਕਰਨ ਦਾ ਫਾਇਦਾ ਨਹੀਂ ਹੈ ਪਰ ਇਹਦਾ ਇੱਕ ਇਲਾਜ ਜ਼ਰੂਰ ਹੋ ਸਕਦਾ। ਤੁਸੀਂ ਕੀ ਕਰਨਾ, ਇਹਦੇ ਜਿਹੜੇ ਸਿੱਟੇ ਹੋਣਗੇ ਗੁੱਲੀ ਡੰਡੇ ਦੇ ਉਹਨੂੰ ਵੱਢ ਕੇ ਖੇਤ ਦੇ ਵਿੱਚੋਂ ਬਾਹਰ ਸੁੱਟ ਦਿਉ ਤਾਂ ਇਸ ਦੇ ਨਾਲ ਕੀ ਹੋਵੇਗਾ ਕਿ ਜਿਹੜਾ ਇਹ ਗੁੱਲੀ ਡੰਡਾ ਇਹਦਾ ਬੀਜ ਹੈਗਾ ਇਹ ਅਗਲੀ ਵਾਰ ਨਹੀਂ ਹੋਵੇਗਾ। ਅਤੇ ਇਸ ਦੇ ਨਾਲ ਹੀ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਭਰਾਵਾਂ ਨੇ ਅੰਨਦਾਤਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਲਾਲ ਬਟਨ ਨੱਪ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਨਾਲ ਹੀ ਬੈੱਲ ਆਈਕਨ ਦਿਖੇਗਾ ਉਸ ਨੂੰ ਵੀ ਦਬਾ ਦੇਣਾ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੇਟੈਸਟ ਵੀਡੀਓ ਦਾ ਅਪਡੇਟ ਮਿਲਦਾ ਰਹੇ। ਧੰਨਵਾਦ।